ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਸਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬਾਰੇ 'ਚ। ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਕਿ ਕਿੱਥੇ ਨੇ ਅੰਮ੍ਰਿਤਪਾਲ ਸਿੰਘ, ਪਰ ਹਰ ਰੋਜ਼ ਇੱਕ ਨਵੀਂ ਖਬਰ, ਹਰ ਰੋਜ਼ ਇੱਕ ਨਵੀਂ ਗੱਲ ਜ਼ਰੂਰ ਸਾਹਮਣੇ ਆ ਜਾਂਦੀ ਹੈ ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਉਹਨੇ ਸਾਰਿਆਂ ਨੂੰ ਹੈਰਾਨ ਕਰਤਾ ਹੈ। ਕਹਿੰਦੇ ਨੇ ਕਿ ਅੰਮ੍ਰਿਤਪਾਲ ਹੋਰਾਂ ਨੇ ਪਲਾਸਟਿਕ ਸਰਜਰੀ ਕਰਵਾ ਲਈ ਹੈ। ਦੇਖੋ, ਹੈਰਾਨੀ ਇਸ ਗੱਲ ਦੀ ਆ ਵੀ ਅੰਮ੍ਰਿਤਪਾਲ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ, ਪਰ ਮੀਡੀਆ ਇਹ ਗੱਲ ਕਹਿੰਦਾ ਕਿ ਸਾਨੂੰ ਤਾਂ ਭਾਈ ਸਭ ਕੁਝ ਪਤਾ। ਅੰਮ੍ਰਿਤਪਾਲ ਦੇ ਬਾਰੇ ਕੋਈ ਵੀ ਇਹੋ ਜਿਹੀ ਅਥੈਂਟਿਕ ਜਾਣਕਾਰੀ ਨਹੀਂ ਕਿ ਉਹ ਕਿੱਥੇ ਆ, ਪਰ ਜਿਹੜਾ ਮੀਡੀਆ, ਖਾਸ ਕਰਕੇ ਜਿਹੜਾ ਨੈਸ਼ਨਲ ਮੀਡੀਆ, ਉਹ ਇਸ ਗੱਲ ਦਾ ਭਰਮ ਸਰਜੀ ਫਿਰਦਾ ਵੀ ਅਸੀਂ ਜੋ ਕਹਿ ਦਿਆਂਗੇ ਉਸੇ ਗੱਲ ਨੂੰ ਪ੍ਰਵਾਨ ਕਰ ਲੈਂਦੇ ਲੋਕ। ਹੁਣ ਅੰਮ੍ਰਿਤਪਾਲ ਦੇ ਬਾਰੇ ਨੈਸ਼ਨਲ ਮੀਡੀਆ ਦੇ ਇੱਕ ਅੰਗ ਨੇ ਗੱਲ ਕਹੀ, ਇੱਕ ਟੀ ਵੀ ਚੈਨਲ ਨੇ, ਕਿ ਅੰਮ੍ਰਿਤਪਾਲ ਨੇ ਤਾਂ ਭਾਈ ਪਲਾਸਟਿਕ ਸਰਜਰੀ ਕਰਵਾ ਲਈ ਆ। ਉਹ ਕਹਿੰਦੇ ਅੰਮ੍ਰਿਤਪਾਲ ਨੇ ਜੋਰਜੀਆ ਦੇ ਵਿੱਚੋਂ ਜਾ ਕੇ ਪਲਾਸਟਿਕ ਸਰਜਰੀ ਕਰਵਾਈ ਆ। ਹੁਣ ਇਹਨਾਂ ਨੂੰ ਅੱਗੋਂ ਕੋਈ ਮੋੜਵਾਂ ਸਵਾਲ ਕਰੇ ਵੀ ਤੁਹਾਨੂੰ ਇਹਦੀ ਜਾਣਕਾਰੀ ਕਿਹਨੇ ਦਿੱਤੀ ਆ ਵੀ ਉਹਨੇ ਜੋਰਜੀਆ 'ਚ ਜਾ ਕੇ ਪਲਾਸਟਿਕ ਸਰਜਰੀ ਕਰਵਾ ਲਈ ਆ, ਜਾਂ ਉਹਨੇ ਨਹੀਂ ਕਰਵਾ ਲਈ ਆ, ਜਾਂ ਉਹ ਕਿੱਥੇ ਆ, ਜਾਂ ਉਹ ਕਿੱਥੇ ਨਹੀਂ ਆ। ਜੇਕਰ ਤੁਹਾਨੂੰ ਇੰਨੀ ਗੱਲ ਦਾ ਇਲਮ ਆ, ਇਹਦਾ ਮਤਲਬ ਇਹ ਤੁਸੀਂ ਖੁਫੀਆ ਏਜੰਸੀਆਂ ਤੋਂ ਵੀ ਤੇਜ਼ ਹੈਗੇ ਆ, ਇਹਦਾ ਮਤਲਬ ਇਹ ਵੀ ਤੁਹਾਡੇ ਕੋਲ ਜਿਹੜੀ ਜਾਣਕਾਰੀ ਉਹ ਤਾਂ ਦੁਨੀਆਂ ਦੇ ਕਿਸੇ ਹਿੱਸੇ ਦੇ ਕੋਲ ਵੀ ਹੈ ਨਹੀਂ। ਸੋ ਮਤਲਬ ਇਹ ਆ ਵੀ ਇਹਨਾਂ ਲੋਕਾਂ ਦੇ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਆਹ ਮੈਂ ਇੱਕ ਜਾਣਕਾਰੀ ਪੜ੍ਹੀ ਹੋਰ, ਕਹਿੰਦੇ ਜੀ ਕਿ 5,000 ਪੁਲਿਸ ਕਰਮਚਾਰੀ ਆ ਤੇ ਹੁਣ ਤੱਕ 300 ਡੇਰਾ ਫਰੋੜ ਲਿਆ ਤੇ 150 ਬੱਸ ਅੱਡੇ ਫਰੋੜ ਲਏ ਆ। ਵੀ ਤੁਸੀਂ ਭਾਵੇਂ ਕਿੱਥੋਂ ਕਿੱਥੋਂ ਨੇ ਬੱਸ ਅੱਡੇ ਫਰੋੜਦੇ ਹੋਵੋਗੇ, ਕਿਉਂਕਿ ਤੁਸੀਂ ਕਦੇ ਕਹਿ ਦਿੰਦੇ ਵੀ ਹੁਸ਼ਿਆਰਪੁਰ ਦੇਖਿਆ ਗਿਆ, ਕਦੇ ਕਹਿੰਦੇ ਨੇ ਨੇਪਾਲ 'ਚ ਦੇਖਿਆ ਗਿਆ, ਕਦੇ ਕਹਿੰਦੇ ਨੇ ਉੱਤਰਾਖੰਡ 'ਚ ਦੇਖਿਆ ਗਿਆ, ਕਦੇ ਕਹਿੰਦੇ ਨੇ ਯੂਪੀ 'ਚ ਦੇਖਿਆ ਗਿਆ, ਕਦੇ ਕਹਿੰਦੇ ਗੁਜਰਾਤ 'ਚ ਦੇਖਿਆ ਗਿਆ, ਵੀ ਤੁਸੀਂ ਕਿਹੜੇ ਕਿਹੜੇ ਬੱਸ ਅੱਡੇ ਫਰੋਲੇ ਹੋਣਗੇ। ਸੋ ਨੈਸ਼ਨਲ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਜਿਸ ਤਰੀਕੇ ਦੀ ਕੁਫਰ ਵਾਲੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ, ਉਹ ਹੈਰਾਨ ਕਰਦੀ ਵੀ ਇਹ ਮੀਡੀਆ ਕਿਹੜੇ ਰਾਹ ਦੇ ਉੱਤੇ ਤੁਰਿਆ ਹੋਇਆ। ਪਰ ਅਸਲ ਗੱਲ ਇਹ ਆ ਵੀ ਅੱਜ 23ਵਾਂ ਦਿਨ ਆ, ਇਹਨਾਂ 23 ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੇ ਬਾਰੇ ਸੱਚੀ ਮੁੱਚੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਕੋਈ ਜਿੰਨੀਆਂ ਮਰਜ਼ੀ ਬੇਸਬੀਆਂ ਮਾਰੀ ਜਾਵੇ ਵੀ ਸਾਨੂੰ ਆਹ ਜਾਣਕਾਰੀ ਮਿਲ ਗਈ, ਸਾਨੂੰ ਉਹ ਜਾਣਕਾਰੀ ਮਿਲ ਗਈ, ਪਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਪਟਿਆਣਾ ਸਾਹਿਬ। ਜਿਵੇਂ ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਕਰ ਹੀ ਰਹੇ ਸੀ, ਇਹ ਨੈਸ਼ਨਲ ਮੀਡੀਆ ਦੀ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਕੀ ਇਹਨਾਂ ਨੂੰ ਸਿਰਫ ਤੇ ਸਿਰਫ ਇੱਕ ਮੁੱਦਾ ਚਾਹੀਦਾ ਹੁੰਦਾ, ਕਿਉਂਕਿ ਜਦੋਂ ਵੀ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬੀਆਂ ਦੀ ਗੱਲ ਆਉਂਦੀ ਹੈ, ਜੋ ਮੂੰਹ 'ਚ ਆਉਂਦਾ ਉਹੀ ਇਹਨਾਂ ਦੇ ਵੱਲੋਂ ਪ੍ਰਚਾਰਿਆ ਜਾਂਦਾ ਜੀ। ਹਾਂ ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ ਕਿ ਨੈਸ਼ਨਲ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਜੋ ਮੂੰਹ ਦੇ ਵਿੱਚ ਆਉਂਦਾ ਪੰਜਾਬ ਤੇ ਪੰਜਾਬੀਅਤ ਦੇ ਬਾਰੇ ਉਹੀ ਗੱਲ ਕਰਦਾ। ਇਹਨਾਂ ਨੂੰ ਇਹ ਥੋੜ੍ਹੀ ਹੈ ਵੀ ਭਾਈ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਦੀ ਗੱਲ ਵੀ ਕਰੀਏ, ਪੰਜਾਬ ਦੇ ਲੋਕਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ, ਪੰਜਾਬ ਦੇ ਲੋਕ ਕੀ ਮਹਿਸੂਸ ਕਰਦੇ ਆ, ਪੰਜਾਬ ਦੇ ਲੋਕਾਂ ਨੇ ਕੀ ਕੀ ਦੇਣ ਆ। ਇਹਨਾਂ ਨੇ ਸਿਰਫ ਤੇ ਸਿਰਫ ਆਪਦੀਆਂ ਬੇਥਬੀਆਂ ਮਾਰੀਆਂ ਤੇ ਇਹ ਅੱਜ ਵੀ ਆਪਦੀਆਂ ਉਹੀ ਬੇਥਬੀਆਂ ਮਾਰਦੇ ਆ। ਸੋ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਗੱਲ ਹੋਵੇ ਤਾਂ ਇਹ ਮੀਡੀਆ ਇਸੇ ਰੂਪ 'ਚ ਗੱਲ ਕਰਦਾ ਹੁੰਦਾ। ਤੁਸੀਂ ਦੇਖੋ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਉਦੋਂ ਇਸ ਮੀਡੀਆ ਨੇ ਕਿਹੋ ਜਿਹੀ ਭੂਮਿਕਾ ਅਦਾ ਕੀਤੀ ਹੈ ਆਪਾਂ ਸਾਰੇ ਜਾਣਦੇ ਹਾਂ। ਵੀ ਇਸ ਮੀਡੀਆ ਦੇ ਵੱਲੋਂ ਕੋਸ਼ਿਸ਼ ਕੋਈ ਨਹੀਂ ਛੱਡੀ ਜਾਂਦੀ, ਕਸਰ ਕੋਈ ਨਹੀਂ ਛੱਡੀ ਜਾਂਦੀ ਵੀ ਅਸੀਂ ਜਿੰਨੀ ਵੀ ਬਦਨਾਮੀ ਹੋ ਸਕੇ ਉਹ ਸਿੱਖਾਂ ਦੀ ਕਰੀਏ। ਹਾਲਾਂਕਿ ਇਹ ਨਿਰਪੱਖ ਅਦਾਰਿਆਂ ਦੀ ਗੱਮ ਨਹੀਂ ਹੁੰਦਾ ਗੇ, ਇਹਨਾਂ ਦੇ ਵੱਲੋਂ ਝੋਲੀ ਚੁੱਕ ਬਣ ਕੇ ਜਿਵੇਂ ਵਿਚਰਿਆ ਜਾਂਦਾ ਉਹਦੇ ਉੱਤੇ ਦੁਨੀਆਂ ਭਰ ਦੇ ਲੋਕ ਲਾਹਨਤਾਂ ਵੀ ਪਾਉਂਦੇ ਆ, ਪਰ ਇਹਨਾਂ ਲੋਕਾਂ ਨੂੰ ਲਾਹਨਤਾਂ ਦਾ ਵੀ ਕੋਈ ਫਰਕ ਨਹੀਂ ਗਾ, ਇਹ ਲੋਕ ਲਾਹਨਤਾਂ ਦੀ ਪ੍ਰਭਾਵ ਨਹੀਂ ਕਰਦੇ ਗੇ। ਸੋ ਮੀਡੀਆ ਦਾ ਕੰਮ ਹੁੰਦਾ ਸੱਚ ਨੂੰ ਉਜਾਗਰ ਕਰਨਾ, ਪਰ ਇਹ ਲੋਕ ਕੀ ਕੁਝ ਕਰਦੇ ਆ ਇਹਦੇ ਬਾਰੇ ਦੱਸਣ ਪੁੱਛਣ ਦੀ ਲੋੜ ਨਹੀਂ। ਹੈਰਾਨੀ ਹੁੰਦੀ ਆ ਵੀ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਕੀਤੀਆਂ ਗੱਲਾਂ ਕਿਹੋ ਜਿਹੀਆਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ। ਤੇ ਹੁਣ ਗੱਲ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ। ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਬਹੁਤ ਜ਼ਿਆਦਾ ਸਰਗਰਮੀ ਦਿਖਾਉਂਦੇ ਪਏ ਨੇ, ਔਰ ਹੁਣ ਕਹਿੰਦੇ ਸੁਖਪਾਲ ਖਹਿਰਾ ਹੋਰਾਂ ਨੂੰ ਮਿਲੇ ਨੇ ਨਵਜੋਤ ਸਿੰਘ ਸਿੱਧੂ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਜਾ ਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਮਿਲੇ ਆ, ਇਹ ਜਾਣਕਾਰੀਆਂ ਆਈਆਂ। ਦੇਖੋ ਗੱਲ ਇਹ ਆ ਵੀ ਚਲੋ ਇੱਕੋ ਪਾਰਟੀ ਆ, ਉਹਨਾਂ ਦਾ ਇੱਕੋ ਹੋ ਸਾਡਾ ਤੌਰ ਤਰੀਕਾ ਹੋਵੇ ਵਿਚਰਨ ਦਾ, ਪਰ ਇਹ ਆ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਤੱਕ ਕਿਸੇ ਨਾਲ ਬਣਾ ਕੇ ਤਾਂ ਨਹੀਂ ਰੱਖੀ ਗਈ, ਤੇ ਜੇ ਸੁਖਪਾਲ ਖਹਿਰਾ ਨਾਲ ਵੀ ਬਣਾ ਕੇ ਰੱਖਣਗੇ ਤਾਂ ਮੈਂ ਸੋਚਦਾ ਵੀ ਇਹ ਤੱਕ ਚੰਗੀ ਗੱਲ ਹੀ ਹੋਊਗੀ ਵੀ ਚਲੋ ਇੱਕ ਵਿਧਾਇਕ ਤਾਂ ਖੁੱਲ੍ਹ ਕੇ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਨਾ, ਕਿਉਂਕਿ ਸਿੱਧੂ ਸਾਹਿਬ ਦੇ ਨਾਲ ਜਿਹੜਾ ਵੀ ਬੰਦਾ ਤੁਰਨ ਲੱਗਦਾ ਸਿੱਧੂ ਸਾਹਿਬ ਉਹਦੇ ਦੁਆਲੇ ਹੋ ਜਾਂਦੇ ਹੁੰਦੇ ਆ, ਕਿਉਂਕਿ ਸਿੱਧੂ ਸਾਹਿਬ ਲੰਮਾ ਸਮਾਂ ਕਿਸੇ ਨਾਲ ਘੱਟਦੇ ਨਹੀਂ ਹੁੰਦੇ ਗੇ ਅੱਜ ਤੱਕ ਆਪਾਂ ਇਹ ਦੇਖਿਆ। ਪਰ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਘਰ ਦੇ ਵਿੱਚ ਪਹੁੰਚ ਗਏ ਆ, ਅੱਜ ਉਹ ਆਪਣੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਸੀ ਤੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਘਰ ਦੇ ਵਿੱਚ ਜਾ ਕੇ ਮਿਲੇ ਆ, ਦੁੱਖ ਸੁੱਖ ਵੀ ਕੀਤਾ,
ਕਈ ਤਰ੍ਹਾਂ ਦੇ ਹੋਰ ਮੁੱਦੇ ਵੀ ਵਿਚਾਰੇ ਹੋਣਗੇ, ਪਰ ਖਹਿਰਾ ਹੋਰਾਂ ਨੇ ਗੱਲ ਕਹੀ ਹੈ ਕਿ ਵਰਤਮਾਨ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਨੱਕੋ ਬੁੱਲੋ ਲੱਥ ਰਹੀ ਹੈ। ਵਰਤਮਾਨ ਸਰਕਾਰ ਨੇ ਲੋਕਾਂ ਦੇ ਲਈ ਕੀਤਾ ਕੁਝ ਨਹੀਂ ਗਾ, ਵਰਤਮਾਨ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਹੈ ਨਹੀਂ ਗੀ। ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਇਹਨਾਂ ਨੂੰ ਚੱਲਦਾ ਕਰਨ ਵਾਸਤੇ ਤਿਆਰ ਬਰ ਤਿਆਰ ਆ। ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਜਿਹੜੀ ਕਾਂਗਰਸ ਆ ਜਾਂ ਜਿੰਨੀਆਂ ਵੀ ਬਾਕੀ ਧਿਰਾਂ ਹੈਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਇਸ ਗੱਲ ਦੇ ਵਿੱਚ ਡਟੀਆਂ ਹੋਈਆਂ ਵੀ ਅਸੀਂ ਇਸ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਕੋਈ ਨਾ ਕੋਈ ਵੱਖਰਾ ਰੰਗ ਪੇਸ਼ ਕਰ ਸਕੀਏ ਤੇ ਦੇਖਦੇ ਹਾਂ ਵੀ ਕੌਣ ਕੀ ਰੰਗ ਪੇਸ਼ ਕਰਦਾ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ, ਜਲੰਧਰ ਵਾਲੀ ਜ਼ਿਮਨੀ ਚੋਣ ਦੀ ਹੀ ਆਪਾਂ ਵੀ ਗੱਲ ਕਰਦੇ ਹਾਂ ਜੀ। ਕਹਿੰਦੇ ਕਿ ਇਸ ਚੋਣ ਅਖਾੜੇ ਦੇ ਵਿੱਚੋਂ ਵੱਖੋ ਵੱਖਰੇ ਰੰਗ ਜਿਹੜੇ ਉਭਰਨ ਲੱਗੇ ਨੇ ਜੀ। ਹਾਂ ਬਿਲਕੁਲ ਜੀ, ਹਾਲੇ ਤਾਂ ਹੋਰ ਉਭਰਨਗੇ। ਤੁਸੀਂ ਦੇਖਿਓ ਵੀ ਜਿਸ ਤਰੀਕੇ ਦੇ ਨਾਲ ਲੰਘੇ ਕੱਲ ਸਰਦਾਰ ਚਰਨਜੀਤ ਸਿੰਘ ਅਟਵਾਲ ਦੇ ਦੋਵੇਂ ਸਪੁੱਤਰ ਨੇ ਜਿਹੜੇ ਉਹ ਸ਼ਾਮਿਲ ਹੋ ਗਏ ਜੀ ਬੀਜੇਪੀ ਦੇ ਵਿੱਚ, ਤੇ ਇਵੇਂ ਹਾਲੇ ਕਈ ਹੋਰ ਵੱਖ ਵੱਖ ਪਾਰਟੀਆਂ ਦੇ ਵਿੱਚ ਨੇਤਾ ਜਾਣੇ ਆ, ਉਹ ਭਾਵੇਂ ਕਾਂਗਰਸ ਦੇ ਵਿੱਚ ਜਾਣ, ਕੋਈ ਆਪ ਦੇ ਵਿੱਚ ਜਾਊਗਾ, ਕੋਈ ਬੀਜੇਪੀ 'ਚ ਜਾਊਗਾ, ਕੋਈ ਹੋ ਸਕਦਾ ਅਕਾਲੀ ਦਲ ਦੇ ਵਿੱਚ ਵੀ ਅੜਿਆ ਥੋੜਿਆ ਚਲਿਆ ਜਾਵੇ, ਪਰ ਇਹ ਹੈ ਜੀ ਕਿ ਹਾਲੇ ਕਈਆਂ ਦਾ ਉਰੇ ਪਰੇ ਆਉਣਾ ਜਾਣਾ ਬਾਕੀ ਹੈ ਜੀ। ਹੁਣ ਵਿੱਚ ਅੰਦਾਜ਼ੇ ਇਸ ਗੱਲ ਦੇ ਲੱਗਣੇ ਸ਼ੁਰੂ ਹੋਏ ਆ ਵੀ ਚਰਨਜੀਤ ਸਿੰਘ ਅਟਵਾਲ ਅਕਾਲੀ ਦਲ ਤੋਂ ਗੁੱਸੇ ਆ, ਉਹਨਾਂ ਦੇ ਪੁੱਤਰ ਆ ਜਿਹੜੇ ਉਹ ਇਸ ਕਰਕੇ ਗਏ ਆ ਕਿਉਂਕਿ ਚਰਨਜੀਤ ਅਟਵਾਲ ਦੇ ਵੱਡੇ ਪੁੱਤਰ ਨੂੰ ਸ਼ਾਇਦ ਬੀਜੇਪੀ ਟਿਕਟ ਦੇ ਦੇਵੇ। ਜੇ ਮੰਨ ਲਓ ਟਿਕਟ ਦੇ ਦਿੰਦੀ ਆ ਤਾਂ ਅਟਵਾਲ ਸਾਹਿਬ ਦੇ ਪੁੱਤਰ ਦਾ ਤਾਂ ਨਾ ਹੀ ਕੋਈ ਨਹੀਂ ਗਾ ਬੀਜੇਪੀ ਦੇ ਵਿੱਚ, ਨਾ ਉਹਦਾ ਰਾਜਨੀਤੀ ਦੇ ਵਿੱਚ ਨਾ। ਸੋ ਇਹ ਵਕਤ ਦੱਸੂਗਾ ਬਣਦਾ ਕੀ ਆ, ਪਰ ਗੱਲ ਇਹ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਤੇ ਖੇਡਣੇ ਸ਼ੁਰੂ ਕਰ ਦਿੱਤੇ ਆ, ਕੋਈ ਕਿਸੇ ਰੂਪ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ। ਹਰ ਕੋਈ ਚਾਹੁੰਦਾ ਵੀ ਭਾਈ ਸਾਡਾ ਐਤਕੀ ਜੁਗਾੜ ਲੱਗ ਜੇ, ਹਰ ਕੋਈ ਚਾਹੁੰਦਾ ਵੀ ਸਾਡਾ ਐਤਕੀ ਦਾ ਲੱਗ ਜੇ, ਪਰ ਦੇਖਦੇ ਹਾਂ ਵੀ ਕੀ ਬਣਦਾ। ਪਰ ਇਹ ਵੀ ਸਾਰੀਆਂ ਸਿਆਸੀ ਪਾਰਟੀਆਂ ਇੱਕ ਹਫ਼ਤੇ ਬਾਅਦ, ਇੱਕ ਹਫ਼ਤੇ ਤੱਕ ਮੇਰਾ ਖਿਆਲ ਹੈ ਵੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦੇਣੇ ਆ, ਫਿਰ ਪੰਜਾਬ ਦਾ ਸਿਆਸੀ ਦ੍ਰਿਸ਼ ਆ ਜਿਹੜਾ ਉੱਭਰ ਕੇ ਸਾਹਮਣੇ ਆਊਗਾ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ, ਪਰ ਇਹ ਤਾਂ ਸਮੇਂ ਤੋਂ ਪਰੇ ਹੈ ਜੀ। ਉੱਧਰ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਪਾਰਟੀ ਦੇ ਵਿੱਚ ਆਇਆ, ਤੇ ਫਿਰ ਵੀ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਹੁਣ ਤੁਸੀਂ ਬੀਜੇਪੀ ਦੇ ਬਾਬਤ ਵੀ ਇਹੋ ਜਿਹੀ ਗੱਲ ਕਰ ਰਹੇ ਹੋ, ਪਤਾ ਨਹੀਂ ਕੀ ਚੱਕਰ ਹੈ, ਜਦੋਂ ਪਾਰਟੀਆਂ ਬਦਲਦੇ ਨੇ ਉਦੋਂ ਜ਼ਿਆਦਾ ਪੰਜਾਬ ਪ੍ਰਤੀ ਇਹ ਜਿਹੜਾ ਜਾਗਦਾ ਜੀ। ਹਾਂ ਬਿਲਕੁਲ ਜੀ, ਦੇਖੋ ਇਹ ਅਸਲ ਦੇ ਵਿੱਚ ਪਾਰਟੀਆਂ ਦਾ ਤਾਂ ਬਦਲਦੇ ਆ ਨਾ ਵੀ ਪਹਿਲੀ ਪਾਰਟੀ ਦੇ ਵਿੱਚੋਂ ਜਦੋਂ ਲੱਗਦਾ ਵੀ ਭਾਈ ਮਿਲਣਾ ਕੁਝ ਨਹੀਂ ਗਾ ਤੇ ਉਹ ਇਸ ਕਰਕੇ ਦੂਜੀ ਪਾਰਟੀ 'ਚ ਆ ਜਾਂਦੇ ਆ, ਜਦੋਂ ਦੂਜੀ ਪਾਰਟੀ ਦੇ ਵਿੱਚੋਂ ਕੁਝ ਮਿਲਦਾ ਨਹੀਂ ਲੱਗਦਾ ਗਾ ਤੇ ਫਿਰ ਤੀਜੀ 'ਚ ਆ ਜਾਂਦੇ ਆ। ਇਹ ਕੋਈ ਪੰਜਾਬ ਦਾ ਜਾਂ ਪੰਜਾਬੀਆਂ ਦਾ ਫਿਕਰ ਕਰਦੇ ਆ ਨਹੀਂ, ਇੱਦਾਂ ਦਾ ਕੁਝ ਹੁੰਦਾ ਗਾ, ਇਹ ਤਾਂ ਸਿਰਫ ਸਿਰਫ ਆਪਦੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਵਾਸਤੇ ਆਇਆ ਜਾਂਦਾ ਵੀ ਭਾਈ ਮੈਂ ਹੁਣ ਇੱਧਰਲੇ ਪਾਸੇ ਛਾਲ ਮਾਰ ਕੇ ਦੇਖ ਲੈਂਦਾ, ਮੈਂ ਹੁਣ ਇੱਧਰਲੇ ਪਾਸੇ ਛਾਲ ਮਾਰ ਕੇ ਦੇਖ ਲੈਂਦਾ। ਸੋ ਇੱਦਾਂ ਦੀਆਂ ਗੱਲਾਂ। ਬਾਕੀ ਦੇਖੋ ਗੱਲ ਇਹ ਆ ਵੀ ਸਿਆਸੀ ਲੋਕ ਆ ਜਿਹੜੇ ਉਹਨਾਂ ਨੇ ਆਪਦਾ ਪਿੜ ਉਸ ਤਰੀਕੇ ਨਾਲ ਮੰਨਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਜਿੱਥੇ ਉਹ ਸਿਰਫ ਤੇ ਸਿਰਫ ਆਪਦਾ ਸਿਆਸੀ ਭਵਿੱਖ ਬਚਾ ਸਕਣ। ਹੁਣ ਵੀ ਉਹੀ ਕੁਝ ਹੋ ਰਿਹਾ, ਸੁਸ਼ੀਲ ਰਿੰਕੂ ਹੋਰੀ ਆਮ ਆਦਮੀ ਪਾਰਟੀ 'ਚ ਇਸ ਕਰਕੇ ਥੋੜ੍ਹੀ ਗਏ ਆ ਵੀ ਕਾਂਗਰਸ ਦੇ ਵਿੱਚ ਸਾਰਾ ਕੁਝ ਚੰਗਾ ਨਹੀਂ ਸੀ ਤੇ ਉੱਧਰ ਗਏ, ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਉਹ ਇਸ ਕਰਕੇ ਉੱਧਰ ਗਏ ਆ, ਜੇ ਕਿਤੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਕਾਂਗਰਸ ਦੇ ਵੱਲੋਂ ਸ਼ਾਇਦ ਉਹ ਵੀ ਨਾ ਜਾਂਦੇ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਰਾਜਨੀਤਿਕ ਲੋਕਾਂ ਦੇ ਵੱਲੋਂ ਸਿਰਫ ਆਪੋ ਆਪਣੇ ਸਿਆਸੀ ਹਿੱਤ ਵੇਖਦੇ ਕੀਤੀਆਂ ਜਾਂਦੀਆਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਤੇ ਜਲੰਧਰ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਬਿਆਨ ਬਲਕੌਰ ਸਿੰਘ ਹੋਰਾਂ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਜੀ। ਉਹਨਾਂ ਦਾ ਕਹਿਣਾ, ਉਹ ਕਹਿੰਦੇ ਕਿ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਸਬਕ ਸਿਖਾਉਣਗੇ ਚੰਗੀ ਤਰ੍ਹਾਂ। ਹਾਂ ਬਿਲਕੁਲ ਜੀ, ਦੇਖੋ ਗੱਲ ਇਹ ਆ ਵੀ ਇਸ ਵੇਲੇ ਨਾ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹ ਮੈਨੂੰ ਲੱਗਦਾ ਨਹੀਂ ਕਿ ਆਉਂਦੇ ਸਮੇਂ ਦੇ ਵਿੱਚ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲਈ ਕੋਈ ਬਹੁਤੇ ਸੁਖਾਵੇਂ ਹੋਣ ਵਾਲੇ ਆ। ਉਹਦਾ ਕਾਰਨ ਹੀ ਅਸਲ ਦੇ ਵਿੱਚ ਕਿ ਅੱਜ ਬਲਕੌਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹ ਚਾਹੁੰਦੇ ਸੀ ਕਿ ਸਾਡੇ ਪੁੱਤ ਦੇ ਕਤਲਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਤੇ ਸਾਨੂੰ ਇਨਸਾਫ਼ ਮਿਲੇ, ਪਰ ਉਹ ਕਹਿੰਦੇ ਵੀ ਸਾਨੂੰ ਇਨਸਾਫ਼ ਮਿਲਿਆ ਨਹੀਂ ਗਾ। ਉਹ ਕਹਿੰਦੇ ਵੀ ਅਸੀਂ ਇਹ ਚਾਹੁੰਦੇ ਸੀ ਵੀ ਭਾਈ ਸਾਡੇ ਪੁੱਤ ਦੇ ਨਾਲ ਜਿੰਨੇ ਵੀ ਲੋਕ ਜੁੜੇ ਆ ਤੇ ਉਹ ਵੱਧ ਤੋਂ ਵੱਧ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਜਾਵੇ ਸੂਬੇ ਦੀ ਸਰਕਾਰ ਦੇ ਵੱਲੋਂ, ਪਰ ਉਹਨਾਂ ਨੇ ਕੁਛ ਕੀਤਾ ਨਹੀਂ ਗਾ। ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਅੱਜ ਉਹਨਾਂ ਦੇ ਵੱਲੋਂ ਐਤਵਾਰ ਨੂੰ, ਕਿਉਂਕਿ ਉਹ ਹਰ ਐਤਵਾਰ ਨੂੰ ਸੰਬੋਧਨ ਕਰਦੇ ਹੁੰਦੇ ਆ ਤੇ ਲੰਘੇ ਕੱਲ੍ਹ ਉਹਨਾਂ ਨੇ ਉੱਥੇ ਮੂਸਾ ਪਿੰਡ ਦੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸਲ ਦੇ ਵਿੱਚ ਸਾਨੂੰ ਇਸ ਗੱਲ ਦੀ ਆਸ ਸੀ ਵੀ ਸੂਬੇ ਦੀ ਸਰਕਾਰ ਕੁਝ ਸੋਚੂਗੀ, ਸਾਡੇ ਦਰਦ ਨੂੰ ਆਪਣਾ ਦਰਦ ਸਮਝੂਗੀ, ਪਰ ਇਹ ਸਰਕਾਰ ਦੇ ਵੱਲੋਂ ਕੱਖ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਸਰਕਾਰ ਨੂੰ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਮੌਕੇ ਤੇ ਲੋਕ ਸਬਕ ਸਿਖਾਉਣਗੇ ਤੇ ਸਿਖਾਉਣ ਵੀ। ਇਸ ਤੋਂ ਪਹਿਲਾਂ ਵੀ ਬਲਕੌਰ ਸਿੰਘ ਹੋਰੀ ਕਹਿ ਚੁੱਕੇ ਆ ਕਿ ਅਸੀਂ ਜੀ ਜਾ ਕੇ ਜਲੰਧਰ ਦੇ ਵਿੱਚ ਤੇ ਸੂਬੇ ਦੀ ਸਰਕਾਰ ਦੇ ਖਿਲਾਫ਼ ਪ੍ਰਚਾਰ ਕਰਾਂਗੇ। ਸੋ ਮਤਲਬ ਇਹ ਵੀ ਜੇਕਰ ਉਹ ਪ੍ਰਚਾਰ ਕਰਨਗੇ ਤੇ ਤਾਂ ਵੀ ਸੂਬੇ ਦੀ ਸਰਕਾਰ ਨੂੰ ਵਕਤ ਤਾਂ ਪਊਗਾ, ਤਾਂ ਕੁਦਰਤੀ ਤੌਰ ਤੇ ਗੱਲ ਆ। ਸੋ ਮਤਲਬ ਇਹ ਹੈ ਜੀ ਕਿ ਅੱਜ ਉਹਨਾਂ ਨੇ ਇਹ ਗੱਲ ਫਿਰ ਕਹੀ ਆ ਵੀ ਭਾਈ ਸਾਨੂੰ ਇਨਸਾਫ਼
ਤੇ ਇਨਸਾਫ਼ ਨਹੀਂ ਮਿਲਿਆ, ਇਹਦੇ ਲਈ ਬਦਲਾ ਲੋਕ ਲੈਣਗੇ ਤੇ ਇਹਦੇ ਲਈ ਸਰਕਾਰ ਨੂੰ ਸਬਕ ਸਿਖਾਉਣਗੇ। ਹੁਣ ਲੋਕ ਕਿਹਨੂੰ ਵੋਟ ਪਾਉਂਦੇ ਆ, ਕਿਹਨੂੰ ਨਹੀਂ ਪਾਉਂਦੇ, ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਗੱਲ ਇਹ ਆ ਵੀ ਬਲਕੌਰ ਸਿੰਘ ਹੋਰਾਂ ਨੇ ਹੁਣ ਤੱਕ ਇੱਕ ਵਾਰ ਨਹੀਂ ਅਨੇਕਾਂ ਵਾਰ ਆਪਣੇ ਵਲਵਲੇ ਸਾਂਝੇ ਕੀਤੇ ਆ ਵੀ ਭਾਈ ਸੂਬੇ ਦੀ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ। ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਆਪਣੇ ਵੱਲੋਂ ਜੋ ਕੁਝ ਬਣਦਾ ਸਰਦਾ ਸੀ, ਜੋ ਜੋ ਕੁਝ ਵੀ ਅਸੀਂ ਕਰ ਸਕਦੇ ਸੀ ਉਹ ਆਪਣੇ ਵੱਲੋਂ ਕੀਤਾ, ਪਰ ਉਹ ਕਹਿੰਦੇ ਵੀ ਸਾਡੇ ਲਈ ਕੁਝ ਨਹੀਂ ਕੀਤਾ ਗਾ। ਤੇ ਹਰ ਐਤਵਾਰ ਉਹ ਸੰਬੋਧਨ ਕਰਦੇ ਹੁੰਦੇ ਜਿਹੜੇ ਮੂਸਾ ਪਿੰਡ ਦੇ ਵਿੱਚ ਲੋਕ ਆਉਂਦੇ ਉਹਨਾਂ ਨੂੰ, ਤੇ ਉਸ ਲੜੀ ਤਹਿਤ ਹੀ ਉਹਨਾਂ ਦੇ ਵੱਲੋਂ ਅੱਜ ਕੀਤਾ ਗਿਆ ਸੀ ਜੀ। ਜੀ ਬਿਲਕੁਲ ਸਹੀ। ਤੇ ਟਾਣਾ ਸਾਹਿਬ, ਲੋਕਾਂ 'ਚ ਕੋਈ ਚਰਚਾ ਛਿੜੀ ਹੋਈ ਵੇਖਦੇ ਹੋ ਜੀ ਇਹਨਾਂ ਜ਼ਿਮਨੀ ਚੋਣਾਂ, ਇਸ ਜ਼ਿਮਨੀ ਚੋਣ ਨੂੰ ਲੈ ਕੇ? ਦੇਖੋ ਲੋਕ ਆ ਜਿਹੜੇ ਜੀ, ਉਹ ਤਾਂ ਹਾਲੇ ਤਾਂ ਤੇਲ ਤੇ ਤੇਲ ਦੀ ਧਾਰ ਵੇਂਦੇ ਆ। ਲੋਕ ਇੰਨੀ ਛੇਤੀ ਆਪਣੀ ਰਾਏ ਨਹੀਂ ਬਣਾਉਣਗੇ। ਲੋਕ ਨਾ ਤਾਂ ਇਹ ਗੱਲ ਕਹਿਣਗੇ ਵੀ ਫਲਾਣੀ ਪਾਰਟੀ ਨੇ ਹਾਰ ਜਾਣਾ, ਨਾ ਲੋਕ ਇਹ ਗੱਲ ਕਹਿਣਗੇ ਕਿ ਫਲਾਣੀ ਨੇ ਜਿੱਤ ਜਾਣਾ। ਲੋਕ ਤਾਂ ਹਾਲੇ ਇਹ ਵੇਂਦੇ ਆ ਵੀ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਐਲਾਨਦੀ ਆ। ਹਾਲੇ ਤੱਕ ਸਿਰਫ ਦੋ ਉਮੀਦਵਾਰ ਮੈਦਾਨ ਦੇ ਵਿੱਚ ਆ, ਜਦੋਂ ਚਾਰੇ ਉਮੀਦਵਾਰ ਮੈਦਾਨ 'ਚ ਹੋ ਗਏ, ਮੈਂ ਚਾਰੇ ਤਾਂ ਕਹਿੰਦਾ, ਉਹਦਾ ਤਾਂ ਹੋ ਸਕਦਾ 14 ਵੀ ਹੋਣ, ਹੋ ਸਕਦਾ 24 ਵੀ ਹੋਣ, ਪਰ ਜਿਹੜੇ ਅਸਲ ਵੱਡੇ ਉਮੀਦਵਾਰ ਆ ਉਹ 4 ਹੀ ਹੋਣਗੇ। ਅਕਾਲੀ ਦਲ, ਬਸਪਾ ਗਠਜੋੜ, BJP, ਆਮ ਆਦਮੀ ਪਾਰਟੀ ਅਤੇ ਕਾਂਗਰਸ। ਬਾਕੀ ਤਾਂ ਚਲੋ ਜਿਹੜੇ ਛਿੱਟ ਪੁੱਟ ਆ, ਕੋਈ ਆਜ਼ਾਦ ਖੜੂਗਾ, ਕੋਈ ਛੋਟੀ ਵੱਡੀ ਧਿਰ ਦੇ ਵੱਲੋਂ ਮਾੜਾ ਮੋਟਾ ਹੋਰ ਖੜ ਜੂਗਾ, ਪਰ ਗੱਲ ਵੀ ਮੇਨ ਤਾਂ 4 ਹੀ ਹੋਣਗੇ। ਸੋ ਇਹ ਹੈ ਜੀ ਕਿ ਹਾਲੇ ਤੱਕ ਤਾਂ 4 ਉਮੀਦਵਾਰ ਜੀ ਨੇ ਮੈਦਾਨ ਦੇ ਵਿੱਚ ਆਏ, ਅਤੇ ਇਸ ਤੋਂ ਬਾਅਦ ਕਿਹੜੇ ਚੋਣ ਨੰਗਲ ਪਹੂਗਾ ਵੀ ਭਾਈ ਫਲਾਣਾ ਬੰਦਾ ਜਿਹੜਾ ਉਹ ਕਿੰਨੀ ਕੁ ਮੱਲ ਮਾਰ ਸਕਦਾ, ਫਲਾਣਾ ਕਿੰਨੀ ਕੁ ਮੱਲ ਮਾਰ ਸਕਦਾ। ਪਰ ਹਾਂ, ਜਲੰਧਰ ਦੇ ਮੁੱਦੇ ਬਹੁਤ ਵੱਡੇ ਆ। ਜਲੰਧਰ ਦੇ ਮੁੱਦੇ ਜਿਹੜੇ ਉਹ ਪੰਜਾਬ ਦੇ ਬਾਕੀ ਮੁੱਦਿਆਂ ਵਾਂਗੂ ਵੱਡੇ ਆ। ਇਹਦੇ ਵਿੱਚ ਇੱਕ ਤਾਂ ਵੱਡਾ ਮੁੱਦਾ ਹੈਗਾ ਜੀ ਬੇਰੁਜ਼ਗਾਰੀ ਦਾ ਵੀ ਆ, ਇਹਦੇ ਵਿੱਚ ਸਫਾਈ ਦਾ ਮੁੱਦਾ ਵੀ ਆ, ਅਵਾਰਾ ਪਸ਼ੂਆਂ ਦਾ ਮੁੱਦਾ ਵੀ ਆ, ਕੂੜੇ ਦਾ ਮੁੱਦਾ ਵੀ ਆ, ਟ੍ਰੈਫਿਕ ਦਾ ਮੁੱਦਾ ਵੀ ਆ, ਲਤੀਫਪੁਰੇ ਦਾ ਮੁੱਦਾ ਵੀ ਆ, ਅਮਨ ਕਾਨੂੰਨ ਦਾ ਮੁੱਦਾ ਵੀ ਆ, ਹੋਰ ਵੀ ਕਈ ਮੁੱਦੇ ਹੈਗੇ ਆ। ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਾ ਪਊਗਾ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਹੁਣ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਭਾਅ ਬੋਰ ਦੀ। ਬਹੁਤੀ ਵਾਰ ਵਿਆਹਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਹੈਰਾਨ ਪਰੇਸ਼ਾਨ ਕਰ ਦਿੰਦੀਆਂ ਨੇ, ਦੁਖੀ ਵੀ ਕਰਦੀਆਂ ਨੇ। ਔਰ ਇਹੋ ਜਿਹੀ ਹੀ ਇੱਕ ਖਬਰ ਅਬੋਹਰ ਤੋਂ ਵੀ ਸਾਹਮਣੇ ਆਈ ਹੈ। ਕਹਿੰਦੇ ਅਬੋਹਰ ਦੇ ਵਿੱਚ ਵਿਆਹ ਦੇ ਮੌਕੇ ਮੁੰਡੇ ਤੇ ਕੁੜੀ ਵਾਲਿਆਂ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਝਗੜਾ ਹੋਇਆ। ਹਾਂ ਬਿਲਕੁਲ ਜੀ, ਮੁੰਡੇ ਤੇ ਕੁੜੀ ਵਾਲਿਆਂ ਦੇ ਵਿੱਚ ਕਾਫੀ ਲੜਾਈ ਝਗੜਾ ਹੋਇਆ। ਜਦੋਂ ਵਿਆਹ ਹੁੰਦਾ ਨਾ ਕਿਸੇ ਦਾ, ਉਦੋਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਆਸਾਂ ਹੁੰਦੀਆਂ ਵੀ ਭਾਈ ਅਸੀਂ ਐਂ ਕਰਾਂਗੇ ਵਿਆਹ ਦੇ ਵਿੱਚ, ਅਸੀਂ ਨੱਚਣਾ ਐਂ ਆ, ਫਲਾਣਾ ਇੱਦਾਂ, ਫਲਾਣੀ ਗੱਲ ਇੱਦਾਂ। ਪਰ ਹੌਲੀ ਹੌਲੀ ਆਪਾਂ ਜਾਣਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਕੀ ਤੋਂ ਕੀ ਗੱਲ ਬਣ ਜਾਂਦੀ ਹੈ, ਅਤੇ ਗੱਲਾਂ ਵੀ ਐਸੀਆਂ ਬਣਦੀਆਂ ਜਿਹੜੀਆਂ ਹੈਰਾਨ ਕਰ ਜਾਂਦੀਆਂ। ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਲੜਾਈ ਦਾ ਰੂਪ ਧਾਰਦੀਆਂ, ਅਤੇ ਉਸ ਤੋਂ ਬਾਅਦ ਆਪਾਂ ਸਮਝ ਸਕਦੇ ਹਾਂ ਵੀ ਭਾਈ ਫਿਰ ਰਿਸ਼ਤੇ ਖਤਮ ਹੋ ਜਾਂਦੇ ਹਮੇਸ਼ਾ ਦੇ ਲਈ। ਇਹੋ ਜਿਹੀ ਇੱਕ ਉਦਾਹਰਨ ਹੁਣ ਮਿਲੀ ਹੈ। ਫਾਜ਼ਿਲਕਾ ਤੋਂ ਬਰਾਤ ਆਈ ਹੈ ਅਬੋਹਰ ਦੇ ਵਿੱਚ, ਅਤੇ ਬਰਾਤ ਦਾ ਸਵਾਗਤ ਕੀਤਾ ਗਿਆ। ਬਾਅਦ ਦੇ ਵਿੱਚ ਜਦੋਂ ਲਾਵਾਂ ਹੋ ਗਈਆਂ, ਅਤੇ ਫਿਰ ਕੁੜੀ ਅਤੇ ਮੁੰਡੇ ਵਾਲਿਆਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ। ਕੁੜੀ ਵਾਲਿਆਂ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਮੁੰਡੇ ਨੇ ਜਾਂ ਮੁੰਡੇ ਦੇ ਪਰਿਵਾਰਕ ਜੀਆਂ ਦੇ ਵਿੱਚੋਂ ਕਿਸੇ ਨੇ ਕਾਰ ਦੀ ਮੰਗ ਕੀਤੀ ਹੈ। ਉਹ ਕਹਿੰਦੇ ਕੁੜੀ ਤਾਂ ਵਿਆਹ ਕੇ ਲਿਜਾਵਾਂਗੇ ਜੇਕਰ ਤੁਸੀਂ ਕਾਰ ਦਿਓਗੇ। ਕੁੜੀ ਵਾਲਿਆਂ ਨੇ ਕਿਹਾ ਜੇ ਅਸੀਂ ਦੇ ਨਹੀਂ ਸਕਦੇ। ਉਹ ਕਹਿੰਦੇ ਕਾਰ ਤੋਂ ਬਿਨਾਂ ਜਾਣਾ ਨਹੀਂ। ਫਿਰ ਕਹਿੰਦੇ ਮੁੰਡੇ ਦੇ ਲਈ ਚੇਨ ਵੀ ਲੈਣੀ ਹੈ ਸੋਨੇ ਦੀ। ਕੁੜੀ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ, ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੇ ਮੁਤਾਬਕ ਉਹ ਕਹਿੰਦੇ ਵੀ ਅਸੀਂ ਦੇ ਨਹੀਂ ਸਕਦੇ ਸੀਗੇ। ਅਤੇ ਹੌਲੀ ਹੌਲੀ ਜਿਹੜੀ ਲੜਾਈ ਆ ਉਹ ਵੱਧਦੀ ਗਈ, ਵੱਧਦੀ ਵੱਧਦੀ ਇੱਥੇ ਤੱਕ ਪਹੁੰਚ ਗਈ ਵੀ ਪਲੇਟਾਂ ਵੀ ਇੱਕ ਦੂਜੇ ਦੇ ਮਾਰੀਆਂ, ਅਤੇ ਡਾਂਗਾਂ ਵੀ ਇੱਕ ਦੂਜੇ ਦੇ ਮਾਰੀਆਂ, ਅਤੇ ਲਫੜੇ ਵੀ ਇੱਕ ਦੂਜੇ ਦੇ ਮਾਰੇ ਆ, ਅਤੇ ਠੁੱਡ ਵੀ ਇੱਕ ਦੂਜੇ ਦੇ ਵੱਜੇ ਆ, ਭੁੰਜੇ ਵੀ ਡਿੱਗੇ ਅਤੇ ਇੱਕ ਦੂਜੇ ਨੂੰ ਢਾਇਆ ਵੀ ਆ। ਹੌਲੀ ਹੌਲੀ ਇਹ ਮਾਮਲਾ ਪੁਲਿਸ ਦੇ ਕੋਲ ਚਲਾ ਗਿਆ। ਮਤਲਬ ਇਹ ਆ ਵੀ ਇਹ ਰਿਸ਼ਤਾ ਜੁੜਨ ਤੋਂ ਪਹਿਲਾਂ ਹੀ ਧੜਕ ਕਰਕੇ ਟੁੱਟ ਗਿਆ। ਹੁਣ ਪੁਲਿਸ ਪਤਾ ਨਹੀਂ ਇਸ ਮਸਲੇ ਦੇ ਵਿੱਚ ਹੁਣ ਅਗਲੀ ਗੱਲ ਕੀ ਕਰੂਗੀ, ਪਰ ਗੱਲ ਇਹ ਆ ਵੀ ਇੱਦਾਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ। ਪਿੱਛੇ ਜੇ ਖਬਰਾਂ ਆਈਆਂ ਸੀਗੀਆਂ, ਆਪਾਂ ਜਾਣਦੇ ਕਿ ਉੱਧਰ ਪੱਛਮੀ ਬੰਗਾਲ ਦੇ ਵੱਲ ਰਸਗੁੱਲਿਆਂ ਦੇ ਪਿੱਛੇ ਲੜਾਈ ਹੋ ਗਈ ਸੀ ਵੀ ਮੁੰਡੇ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਬਰਾਤੀ, ਉਹ ਕਹਿੰਦੇ ਕੁੜੀ ਵਾਲਿਆਂ ਨੂੰ ਵੀ ਭਾਈ ਰਸਗੁੱਲੇ ਦਿਓ। ਉਹ ਕਹਿੰਦੇ ਵੀ ਰਸਗੁੱਲੇ ਤਾਂ ਮੁੱਕ ਗਏ, ਕੋਈ ਹੋਰ ਕੁਛ ਖਾ ਲਓ। ਉਹ ਕਹਿੰਦੇ ਨਾ, ਅਸੀਂ ਬਰਾਤੀ ਹਾਂ ਅਤੇ ਇਸ ਤਾਂ ਰਸਗੁੱਲੇ ਹੀ ਖਾਵਾਂਗੇ। ਉਹ ਕਹਿੰਦੇ ਵੀ ਹੈ ਨਹੀਂ ਗੇ। ਹੌਲੀ ਹੌਲੀ ਬੈਸਣ ਲੱਗ ਪਏ। ਬੈਸਣ ਤੋਂ ਬਾਅਦ ਗੱਲ ਤੂੰ ਤੂੰ ਮੈਂ ਤੇ ਆ ਗਈ, ਤੂੰ ਤੂੰ ਮੈਂ ਤੋਂ ਬਾਅਦ ਲਫੜੋ ਲਫੜੀ ਹੋ ਗਏ ਆ। ਸੋ ਇੱਦਾਂ ਦੀਆਂ ਮੂਰਖਤਾਈਆਂ ਵਾਲੀਆਂ ਬਹੁਤ ਸਾਰੀਆਂ ਗੱਲਾਂ ਲੋਕ ਕਰਦੇ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਹੁਣ ਆਪਾਂ ਗੱਲ ਕਰ ਲਈਏ ਕਿਸਾਨੀ ਦੀ, ਖੇਤਾਂ ਦੀ, ਕਿਸਾਨਾਂ ਦੀ। ਇਹ ਜੋ ਵੀ ਪਿਛਲੇ ਦਿਨੀ ਹੋਇਆ ਉਹ ਸਾਰਾ ਕੁਝ ਆਪਾਂ ਸਮੇਂ ਸਮੇਂ ਤੇ ਸਾਡੇ ਵਾਲਾ ਰੇਡੀਓ ਦੇ ਉੱਪਰ ਸਾਂਝਾ ਕਰਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੌਸਮ ਦੀ ਮਾਰ ਪੈਣ ਦਾ ਕਰਕੇ ਫਸਲਾਂ ਵਿਛ ਗਈਆਂ, ਔਰ ਉਸ ਤੋਂ ਬਾਅਦ ਸਰਕਾਰ ਨੇ ਗਰਦੌਰੀ ਦੇ ਹੁਕਮ ਦਿੱਤੇ ਸੀ, ਤੇ ਹੁਣ ਖੇਤਾਂ ਦੇ ਵਿੱਚ ਪਟਵਾਰੀ ਪਹੁੰਚਣੇ ਸ਼ੁਰੂ ਹੋ ਗਏ ਜਾਂ ਫਿਰ ਨਹੀਂ? ਦੇਖੋ ਜੀ, ਗੱਲ ਇਹ ਆ ਵੀ ਦਿਨ ਥੋੜੇ ਜਿਹੇ ਰਹਿ ਗਏ ਆ। ਅੱਜ 10 ਤਰੀਕ ਆ ਤੇ 14 ਤਰੀਕ ਨੂੰ ਵਿਸਾਖੀ ਆ, ਤੇ ਸਰਕਾਰ ਨੇ ਇਹ ਗੱਲ ਕਹੀ ਆ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ
ਤੁਸੀਂ ਗਰਦੌਰੀਆਂ ਕਰਕੇ ਭੇਜੋ ਤੇ ਵਿਸਾਖੀ ਤੱਕ ਤਾਂ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਉਣੇ ਆ। ਦੇਖੋ ਜੀ 14 ਤਰੀਕ ਨੂੰ ਵਿਸਾਖੀ ਦੇ ਮੌਕੇ ਛੁੱਟੀ ਹੈ ਸਰਕਾਰੀ, ਉਸ ਤੋਂ ਪਹਿਲਾਂ 13 ਤਰੀਕ, 12 ਤਰੀਕ, 11 ਤਰੀਕ ਵਿਚਾਲੇ ਤਾਂ ਸਿਰਫ 3 ਤਰੀਕਾਂ ਹੀ ਰਹਿ ਗਈਆਂ ਨਾ, 11, 12, 13। ਇਹਨਾਂ 3 ਤਰੀਕਾਂ ਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਕਿਵੇਂ ਪੈਣਗੇ? ਹੁਣ ਸਵਾਲ ਇਹ ਆ, ਕਿਉਂਕਿ ਸਰਕਾਰ ਨੂੰ ਇਹ ਵੀ ਦਿਸਦਾ ਵੀ ਜੇਕਰ ਵਿਸਾਖੀ ਤੱਕ ਪੈਸੇ ਨਾ ਪਾਏ ਤਾਂ ਫਿਰ ਜਲੰਧਰ ਵਾਲੀ ਚੋਣ ਦੇ ਵਿੱਚ ਮਾੜਾ ਹਾਲ ਨਾ ਹੋਏ। ਪਰ ਗੱਲ ਉਤਲੀ ਇਹ ਆ ਵੀ ਜਿੰਨੀ ਦੇਰ ਤੱਕ ਪਟਵਾਰੀ ਜਾਂ ਮਾਲ ਵਿਭਾਗ ਦੇ ਬਾਕੀ ਅਧਿਕਾਰੀ ਜਾ ਖੇਤਾਂ ਦੇ ਵਿੱਚ ਸਰਵੇ ਨਾ ਕਰਨਗੇ, ਜਾ ਕਰ ਗਰਦੌਰੀਆਂ ਨਾ ਕਰਨਗੇ, ਤੇ ਫਿਰ ਉਨੀ ਦੇਰ ਤੱਕ ਲੋਕਾਂ ਦੇ ਖਾਤੇ 'ਚ ਪੈਸੇ ਕਿਵੇਂ ਪੈਣਗੇ? ਮੈਂ ਕੱਲ੍ਹ ਘੱਟੋ ਘੱਟ 7-8 ਵੱਖ ਵੱਖ ਥਾਵਾਂ 'ਤੇ ਕਿਸਾਨਾਂ ਨੂੰ ਪੁੱਛਿਆ ਜਿਹੜੇ ਕਿ ਆਪੋ ਆਪਣੇ ਖੇਤਾਂ 'ਚ ਖੜ੍ਹੇ ਆ, ਜਿਹਨਾਂ ਦੀ ਫਸਲ ਲੰਮੀ ਪਈ ਆ, ਵੀ ਭਾਈ ਕੀ ਲੱਗਦਾ ਤੁਹਾਨੂੰ, ਕੀ ਕਹਿਣਾ ਚਾਹੋਗੇ ਤੁਸੀਂ ਵੀ ਭਾਈ ਤੁਹਾਡੇ ਖੇਤ ਦੇ ਵਿੱਚ ਆਇਆ ਸੀ ਪਟਵਾਰੀ ਜਾਂ ਉਹ ਗਰਦੌਰੀ ਕਰਕੇ ਗਿਆ? ਯਕੀਨ ਮੰਨੋ ਮੈਨੂੰ ਸਾਰੇ ਕਿਸਾਨਾਂ ਨੇ ਇੱਕੋ ਗੱਲ ਕਹੀ, ਬਈ ਜੇ ਸਾਡੇ ਤੱਕ ਖੇਤ ਦੇ ਵਿੱਚ ਕੋਈ ਨਹੀਂ ਆਇਆ, ਸਾਡੇ ਤੱਕ ਖੇਤ ਦੀ ਗਰਦੌਰੀ ਨਹੀਂ ਹੋਈ। ਜੇ ਭਾਈ ਖੇਤ ਦੀ ਗਰਦੌਰੀ ਨਹੀਂ ਹੋਈ ਤਾਂ ਫਿਰ ਅੱਗੇ ਰਿਪੋਰਟ ਕਿਵੇਂ ਜਾਊ? ਜੇ ਅੱਗੇ ਰਿਪੋਰਟ ਨਾ ਗਈ ਤਾਂ ਮੁਆਵਜ਼ਾ ਕਿਵੇਂ ਆਊ? ਅਤੇ ਜੇ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨ ਸਰਕਾਰ ਦੇ ਹੱਕ ਦੇ ਵਿੱਚ ਕਿਵੇਂ ਹੋਊ? ਇਹ ਵੱਖੋ ਵੱਖਰੀਆਂ ਗੱਲਾਂ ਹੈਗੀਆਂ, ਪਰ ਹਾਲੇ ਤੱਕ ਬਹੁਤ ਸਾਰੀਆਂ ਥਾਵਾਂ 'ਤੇ ਗਰਦੌਰੀ ਨਹੀਂ ਹੋਈ। ਦੂਜੇ ਪਾਸੇ ਜੇ ਆਪਾਂ ਪਟਵਾਰੀਆਂ ਨੂੰ ਪੁੱਛਦੇ ਹਾਂ, ਉਹ ਕਹਿੰਦੇ ਬਾਈ ਜੇ ਕਰੀਏ ਕੀ, ਮਜਬੂਰੀ ਹੈ ਸਾਡੀ, ਅਸੀਂ ਤੱਕ ਦਫ਼ਤਰਾਂ ਦੇ ਵਿੱਚ ਬੈਠੇ ਗਰਦੌਰੀ ਕਰ ਰਹੇ ਹਾਂ। ਉਹ ਕਹਿੰਦੇ ਵੀ ਇੰਨਾ ਵੱਡਾ ਰਕਬਾ, 15 ਲੱਖ ਹੈਕਟੇਅਰ ਰਕਬਾ ਜਿਹੜਾ ਕਹਿੰਦੇ ਵੀ ਪ੍ਰਭਾਵਿਤ ਹੋਇਆ, ਅਤੇ ਅਸੀਂ ਕਿਵੇਂ ਗਰਦੌਰੀਆਂ ਕਰਾਂਗੇ? ਇਕੱਲੇ ਇਕੱਲੇ ਖੇਤ ਦੇ ਵਿੱਚ ਖੜ੍ਹ ਕੇ ਜੇ ਆਪਾਂ ਗਰਦੌਰੀ ਕਰਦੇ ਹਾਂ ਤਾਂ ਉਹਦੀਆਂ ਗਿਣਤੀਆਂ ਮਿਣਤੀਆਂ ਕਰਦੀਆਂ, ਗੁਰਮੇਲ ਸਿੰਘ ਦੇ ਨਾਂ 'ਤੇ ਕਿੰਨੇ ਖੱਤੇ ਬੋਲਦੇ ਆ, ਅਤੇ ਮੁਖਤਿਆਰ ਸਿੰਘ ਦੇ ਨਾਂ 'ਤੇ ਕਿੰਨੇ ਬੰਤ ਅਤੇ ਸੰਤ ਅਤੇ ਜਾਗਰ ਦੇ ਨਾਂ 'ਤੇ ਕੀ ਕੁਛ ਬੋਲਦਾ, ਇਹ ਸਾਰਾ ਕੁਝ ਕੱਢਣ ਦੇ ਲਈ ਤਾਂ ਸਾਨੂੰ ਬਹੁਤ ਟਾਈਮ ਲੱਗਦਾ। ਉਹ ਕਹਿੰਦੇ ਸਾਡੇ ਉੱਤੇ ਸਮਾਂ ਸੀਮਾ ਹੀ ਇੰਨੀ ਟਾਈਟ ਕਰ ਦਿੱਤੀ ਗਈ ਹੈ ਵੀ ਕਰੀਏ ਕੀ। ਅਤੇ ਉਸ ਤੋਂ ਅਗਲੀ ਗੱਲ ਇਹ ਆ ਵੀ 50 ਲੱਖ ਰੁਪਈਆ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ, ਅਤੇ ਇੱਕ ਜ਼ਿਲ੍ਹੇ ਦੇ ਵਿੱਚ ਜੇਕਰ 450-400 ਪਿੰਡ ਵੀ ਹੋਵੇ, ਕਿਉਂਕਿ ਪੰਜਾਬ ਦੇ ਵਿੱਚ 12,000 ਤੇ ਕੁਝ ਪਿੰਡ ਆ ਅਤੇ 23 ਜ਼ਿਲ੍ਹੇ ਆ, ਅਤੇ ਮੰਨ ਕੇ ਚਲੋ ਵੀ ਲਗਭਗ 550 ਤੋਂ ਲੈ ਕੇ 600 ਪਿੰਡ ਤੱਕ ਹੈਗਾ ਹੀ ਜ਼ਿਲ੍ਹੇ ਦੇ ਵਿੱਚ, ਅਤੇ ਫਿਰ ਇਹ ਤਾਂ ਜਿਹੜੇ 50 ਲੱਖ ਰੁਪਈਆ ਤਾਂ 5-6 ਪਿੰਡਾਂ ਦੇ ਵਿੱਚ ਹੀ ਵੰਡਿਆ ਜਾਣਾ, ਅਤੇ ਬਾਕੀ ਜ਼ਿਲ੍ਹਿਆਂ ਨੂੰ ਕੀ ਦੇਵਾਂਗੇ? ਸੋ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਆਹ ਵੀ ਚੁਣੌਤੀ ਆਊਗੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਚਰਨਜੀਤ ਸਿੰਘ ਕੰਨੀ ਹੋਰਾਂ ਦੀ। ਬੜਾ ਨਾਮ ਸੁਰਖੀਆਂ ਦੇ ਵਿੱਚ ਹੈ, ਕੋਈ ਕਹਿੰਦਾ ਬੀਜੇਪੀ 'ਚ ਜਾਊ, ਕੋਈ ਕੁਛ, ਕੋਈ ਕੁਛ। ਕੀ ਹਾਲ ਚਾਲ ਨੇ ਜੀ ਉਹਨਾਂ ਦੇ? ਚੰਨੀ ਸਾਹਿਬ ਠੀਕ ਠਾਕ ਆ ਜੀ, ਪਰ ਮੈਨੂੰ ਲੱਗਦਾ ਨਹੀਂ ਵੀ ਚੰਨੀ ਸਾਹਿਬ ਜਾਣਗੇ। ਹਾਂ, ਵਿੱਚ ਵਿਚਾਲੇ ਖਬਰਾਂ ਆਉਣ ਲੱਗ ਪਈਆਂ ਸੀ ਵੀ ਚੰਨੀ ਸਾਹਿਬ ਬੀਜੇਪੀ 'ਚ ਜਾਣਗੇ ਅਤੇ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਜਲੰਧਰ ਦੀ ਚੋਣ ਲੜਾਈ ਜਾਊਗੀ, ਪਰ ਮੈਨੂੰ ਲੱਗਦਾ ਨਹੀਂ ਵੀ ਇੰਨਾ ਛੋਟਾ ਉਹ ਰਿਸਕ ਲੈਣਗੇ। ਉਹਦਾ ਛੋਟਾ ਰਿਸਕ ਮੈਂ ਤਾਂ ਕਹਿੰਦਾ ਵੀ ਥੋੜ੍ਹੇ ਕੁ ਸਮੇਂ ਦੀ ਚੋਣ ਆ ਇਹ, ਜਿਹੜੀ ਇਹ ਜਲੰਧਰ ਵਾਲੀ ਚੋਣ ਹੋਣੀ ਆ ਇਹਦੇ 13 ਮਈ ਨੂੰ ਨਤੀਜਾ ਆ ਜਾਣਾ। ਕੋਈ ਵੀ ਮੈਂਬਰ ਪਾਰਲੀਮੈਂਟ ਬਣੇ ਉਹ ਬਾਅਦ ਦੀ ਗੱਲ ਆ, ਪਰ ਫਰਵਰੀ ਮਾਰਚ 2024 ਦੇ ਵਿੱਚ ਅਤੇ ਫਿਰ ਲੋਕ ਸਭਾ ਦੀਆਂ ਆਮ ਚੋਣਾਂ ਆ ਜਾਣੀਆਂ, ਉਸ ਵੇਲੇ ਤੱਕ ਫਿਰ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਮਤਲਬ ਕਹਿਣ ਦਾ ਇਹ ਆ ਵੀ ਬਣੂਗਾ ਕੀ, ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਮੋੜ ਆ ਜਾਣਗੇ ਆਉਂਦੇ ਸਮੇਂ ਦੇ ਵਿੱਚ। ਸੋ ਇਹ ਆ ਜੀ ਕਿ ਇਹ ਜਿਹੜੇ 7-8 ਮਹੀਨਿਆਂ ਵਾਸਤੇ ਤਾਂ ਮੈਂਬਰ ਪਾਰਲੀਮੈਂਟ ਬਣਨਾ, ਅਤੇ ਚੰਨੀ ਹੋਰੀ ਜਿਹੜਾ ਇੰਨਾ ਵੱਡਾ ਰਿਸਕ ਨਹੀਂ ਲੈਣਗੇ ਵੀ ਭਾਈ 7-8 ਮਹੀਨਿਆਂ ਦੇ ਵਾਸਤੇ ਉਹ ਇੰਨਾ ਵੱਡਾ ਰਿਸਕ ਲੈਣ ਕੇ ਪਾਰਟੀ ਦੇ ਵਿੱਚ ਛੜੱਪਾ ਮਾਰ ਜਾਣ। ਹਾਂ, ਜੇ ਤਾਂ ਬਿਲਕੁਲ ਦਿਸਦਾ ਹੋਵੇ ਵੀ ਭਾਈ ਆਹ ਚੱਕ ਟਿਕਟ 'ਤੇ ਆ ਜਾ, ਫਿਰ ਤਾਂ ਬੰਦਾ ਕਹਿੰਦਾ ਆਪਾਂ ਅਗਲੀ ਵਾਰ ਵੀ ਟਿਕਟ ਦੇਵਾਂਗੇ ਤੂੰ ਜਿੱਤੇ ਜਾ ਹਾਰੇ, ਇਹ ਗੱਲ ਖਵਾ ਕੇ ਆਉਂਦਾ। ਪਰ ਇਉਂ ਮੇਰਾ ਖਿਆਲ ਵੀ ਚੰਨੀ ਹੋਰਾਂ ਨੇ ਜਾਣਾ ਨੀਗਾ। ਚੰਨੀ ਹੋਰਾਂ ਨੇ ਗੱਲ ਵੀ ਕਹਿਤੀ ਆ, ਉਹ ਕਹਿੰਦੇ ਜੀ ਮੈਂ ਕਿਤੇ ਨਹੀਂ ਚੱਲਿਆ, ਬਿਲਕੁਲ ਮੈਂ ਕਾਂਗਰਸ ਪਾਰਟੀ ਦਾ ਸਮਰਥਕ ਹਾਂ, ਕਾਂਗਰਸ ਪਾਰਟੀ ਦਾ ਸਮਰਥਕ ਸਾਂ, ਮੈਂ ਕਾਂਗਰਸ ਦੇ ਵਿੱਚ ਹੀ ਰਹੂੰਗਾ, ਮੇਰੇ ਬਾਰੇ ਬੀਜੇਪੀ 'ਚ ਜਾਣ ਦੀਆਂ ਅਫਵਾਹਾਂ ਗਲਤ ਆ ਅਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ। ਉਹਨਾਂ ਨੇ 2-3 ਵਾਰੀ ਇਹ ਗੱਲ ਕਹੀ, ਵਿੱਚ ਤਾਂ ਖਬਰ ਇਹ ਵੀ ਆਉਣ ਲੱਗ ਪਈ ਸੀ ਵੀ ਮਹਿੰਦਰ ਸਿੰਘ KP ਹੋਰੀ ਵੀ ਚੱਲੇ ਆ, ਫਿਰ ਵਿੱਚ ਖਬਰ ਆਉਣ ਲੱਗ ਗਈ ਅਵਤਾਰ ਸਿੰਘ ਹੈਨਰੀ ਹੋਰੀ ਵੀ ਚੱਲੇ ਆ। ਸੋ ਇਹੋ ਜਿਹੀਆਂ ਖਬਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਮਹਿੰਦਰ ਸਿੰਘ KP ਹੋਰਾਂ ਦੇ ਬਾਰੇ ਖਬਰਾਂ ਬੜੀਆਂ ਆ ਰਹੀਆਂ ਵੀ ਉਹਨਾਂ ਦੀ ਚੁੱਪ ਆ ਜਿਹੜੀ, ਹੋਵੇ ਕਾਂਗਰਸ ਨੇ ਟਿੱਟ ਦਿੱਤੀ ਹੈ ਚੌਧਰੀ ਦੀ ਘਰਵਾਲੀ ਨੂੰ, ਅਤੇ ਮਹਿੰਦਰ ਸਿੰਘ KP ਆ ਜਿਹੜੇ ਉਹ ਚੁੱਪ ਆ ਅਤੇ ਉਹ ਨਾ ਕੋਈ ਵੱਡਾ ਫੈਸਲਾ ਲੈ ਲੈਣੇ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਕਲਾ ਜਗਤ ਦੇ ਕੀ ਹਾਲ ਨੇ ਜੀ? ਕਲਾ ਜਗਤ ਦੇ ਹਾਲ ਆ ਜਿਹੜੇ ਉਹ ਇਸ ਵੇਲੇ ਸੁੰਨੇ ਜਿਹੇ ਆ। ਜਿਹੜੀ ਆ ਫਿਲਮ ਆਈ ਆ ਹੁਣ ਚੱਲ ਜ਼ਿੰਦਗੀ, ਇਹਨੂੰ ਠੀਕ ਠਾਕ ਹੁੰਗਾਰਾ ਮਿਲਿਆ। ਬਾਕੀ ਗੱਲ ਇਹ ਆ ਵੀ ਕਲਾ ਖੇਤਰ ਦੀ ਸੁਣਨ ਦਾ ਕਾਰਨ ਇਹ ਆ ਵੀ ਸਭ ਦਾ ਧਿਆਨ ਪਹਿਲਾਂ ਹੁਣ ਜਿਵਣੀ ਚੋਣ ਦੇ ਵੱਲ ਆ, ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਵੱਲ ਸੀ, ਉਸ ਤੋਂ ਪਹਿਲਾਂ ਹੋਰ ਵੱਖ ਵੱਖ ਮਸਲਿਆਂ ਦੇ ਵੱਲ ਸੀਗਾ। ਸੋ ਗੀਤ ਕੋਈ ਵੀ ਇਹੋ ਜਿਹਾ ਨਹੀਂ ਆ ਰਿਹਾ ਜਿਹਦੇ ਕਰਕੇ ਆਪਾਂ ਕਹਿ ਦਈਏ ਵੀ ਇੱਕ ਵਾਰ ਸਾਰੀ ਮਿਊਜ਼ਿਕ ਇੰਡਸਟਰੀ ਆ ਜਿਹੜੀ ਸੁੰਨ ਜੀ ਹੋ ਕੇ ਰਹਿ ਗਈ ਹੈ, ਜਿਹਦੇ ਕਰਕੇ ਆਪਾਂ ਇਹ ਗੱਲ ਕਹਿ ਦਈਏ ਵੀ ਇਹੋ ਜਿਹਾ ਗੀਤ ਆਇਆ ਨਹੀਂ ਸੀ ਪਿਛਲੇ 5-7 ਵਰ੍ਹਿਆਂ ਤੋਂ। ਸਧਾਰਨ ਜਿਹੇ ਗੀਤ ਆ, ਕੋਈ ਬੰਦੂਕ ਦੀ ਗੱਲ ਕਰੀ ਜਾਂਦਾ, ਕੋਈ ਕਾਪੇ ਦੀ ਗੱਲ ਕਰੀ ਜਾਂਦਾ,
ਕੋਈ ਨੱਚਣ ਟੱਪਣ ਦੀ ਗੱਲ ਵੀ ਚਲੋ ਕਰਦਾ, ਪਰ ਗੱਲ ਇਹ ਆ ਵੀ ਗੀਤ ਚੰਗੇ ਆਉਂਦੇ ਰਹਿਣ, ਫਿਲਮਾਂ ਚੰਗੀਆਂ ਆਉਂਦੀਆਂ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਤੇ ਮੇਰਾ ਖਿਆਲ ਆ ਵੀ 29 ਜੂਨ ਨੂੰ ਫਿਲਮ ਆਉਣੀ ਹੈਗੀ ਕੈਰੀ ਔਨ ਜੱਟਾ ਭਾਗ ਤੀਜਾ, ਅਤੇ ਇਹਦਾ ਜਿਹੜਾ ਟੀਜ਼ਰ ਆ ਉਹ ਲਾਂਚ ਹੋ ਜਾਣਾ, ਇਹਦਾ ਮੋਸ਼ਨ ਪੋਸਟਰ ਜਿਹੜਾ ਜਾਰੀ ਹੋ ਗਿਆ, ਅਤੇ ਆਸ ਕਰਨੀ ਬਣਦੀ ਵੀ ਫਿਲਮ ਚੱਲੂਗੀ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਚਾਣਾ ਸਾਹਿਬ, ਅੱਜ ਲਈ ਇੰਨਾ ਹੀ ਜੀ, ਫਿਰ ਆਪਾਂ ਵਿਚਾਰਾਂ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ।